ਦਸਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਪਿਤਾ ਜੀ ਦਾ ਸਾਇਆ ਮੇਰੇ ਸਿਰ ਤੋਂ ਚੁੱਕਿਆ। ਫਿਰ ਮੈਂ ਸਿਆਣੇ ਕਹਿੰਦੇ ਨੇ ਇਹ ਜਿਹੜੀ ਅਕਲ ਹੈ ਨਾ ਇਹ ਬਦਾਮ ਖਾ ਕੇ ਨਹੀਂ ਆਉਂਦੀ, ਠੋਕਰਾਂ ਖਾ ਕੇ ਆਉਂਦੀ ਆ, ਧੱਕੇ ਖਾ ਕੇ ਆਉਂਦੀ। ਔਰ ਮੈਂ ਅੱਜ ਠੋਕਰਾਂ ਖਾ ਕੇ ਇੱਥੋਂ ਤੱਕ ਪਹੁੰਚਿਆ। ਮੈਨੂੰ ਪਤਾ ਗਰੀਬ ਦੇ ਚੁੱਲ੍ਹਿਆਂ ਦੀ ਅੱਗ ਕਿਸ ਤਰ੍ਹਾਂ ਬਲਦੀ, ਮੈਨੂੰ ਪਤਾ ਘਰਾਂ ਦੀਆਂ ਮਜਬੂਰੀਆਂ ਕੀ ਹੁੰਦੀਆਂ ਨੇ, ਮੈਨੂੰ ਪਤਾ ਅਸਲ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਲੀਆਂ ਫੈਸਿਲਿਟੀਆਂ। ਜੇ MLA ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਮੰਗਣ ਤਦ ਆਵਾਂਗੇ ਜੇ ਤੁਹਾਡੇ ਖਾਤਿਆਂ 'ਚ ਉਹਦੇ ਤੋਂ ਪਹਿਲਾਂ ਪੈਸੇ ਆਏ ਹੋਣਗੇ। ਜੇ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਫਿਰ ਤੁਹਾਡੇ ਚਰਨਾਂ 'ਚ ਆਉਂਗਾ, ਨਹੀਂ ਤਾਂ ਮੈਂ ਆਉਂਗਾ। ਕਿਉਂਕਿ ਮੈਨੂੰ ਮਾਣ ਹੈ ਜਦੋਂ ਮੈਂ ਤੁਰਿਆ, ਜਦੋਂ ਦਾ ਮੇਰਾ ਸੰਘਰਸ਼ ਸ਼ੁਰੂ ਹੋਇਆ, ਜੇ ਮੈਨੂੰ ਸਭ ਤੋਂ ਵੱਧ ਮਾਣ ਸਤਿਕਾਰ ਪਿਆਰ ਮਿਲਿਆ ਤੇ ਮੈਨੂੰ ਸਾਰੇ ਆਪਣੇ ਭਾਈਚਾਰੇ ਤੋਂ ਮਿਲਿਆ। ਸੋ ਸਤਿ ਸ਼੍ਰੀ ਅਕਾਲ ਜੀ, ਮੈਂ ਭੁਪਿੰਦਰ ਗਰੇਵਾਲ, ਡੇਲੀ ਪੋਸਟ ਪੰਜਾਬੀ, ਤੁਹਾਡਾ ਸਵਾਗਤ ਹੈ ਜੀ। ਗੁਰਦਾਸਪੁਰ ਵਿਖੇ ਮੌਜੂਦ ਔਰ ਸਾਡੇ ਨਾਲ ਨੇ ਆਮ ਆਦਮੀ ਪਾਰਟੀ ਦੇ ਅਮਨ ਸ਼ੈਰੀ ਕਲਸੀ। ਸੋ ਕਲਸੀ ਜੀ, ਸਵੇਰ ਤੋਂ ਤੁਹਾਡੇ ਨਾਲ ਆ, ਕਿਵੇਂ ਚੱਲ ਰਿਹਾ ਜੀ? ਬਹੁਤ ਵਧੀਆ ਚੱਲ ਰਿਹਾ ਜੀ, ਤੁਸੀਂ ਵੇਖ ਰਹੇ ਹੋ ਲੋਕਾਂ ਦਾ ਰੁਝਾਨ, ਸੰਗਤ, ਔਰ ਮੇਰੀ ਕੋਸ਼ਿਸ਼ ਹੈ ਵੀ ਮੈਂ ਹਰ ਪਰਿਵਾਰ ਨੂੰ ਜਾ ਕੇ ਮਿਲ ਕੇ ਆਵਾਂ, ਔਰ ਮੈਂ ਮਿਲ ਰਿਹਾ ਔਰ ਲੋਕਾਂ ਦਾ ਰੁਝਾਨ ਇੱਕ ਵੱਖਰਾ ਨਜ਼ਰ ਆ। ਅਸੀਂ ਦੇਖਿਆ ਜੀ ਤੁਸੀਂ ਹਰ ਇੱਕ ਜਗ੍ਹਾ ਤੇ, ਧਾਰਮਿਕ ਸਥਾਨ ਤੇ, ਵੱਖਰੇ ਵੱਖਰੇ ਸਥਾਨ ਤੇ ਜਾ ਰਹੇ ਹੋ, ਕਿੰਨੀ ਕੁ ਤੁਸੀਂ ਇਹਦੇ ਵਿੱਚ ਮਾਨਤਾ ਰੱਖਦੇ ਹੋ ਔਰ ਤੁਹਾਨੂੰ ਕਿੰਨੀ ਕੁ ਉਹਦੇ ਵਿੱਚ ਸ਼ਾਂਤੀ ਮਿਲਦੀ ਹੈ ਜਾ ਕੇ? ਕਿਉਂਕਿ ਲੋਕਾਂ ਦੇ ਵਿੱਚ ਜਿਹੜਾ ਗੁਰੂ ਘਰ ਜਾ ਕੇ ਨਤਮਸਤਕ ਹੋਣਾ ਇੱਕ ਵੱਖਰੀ ਚੀਜ਼ ਆ, ਲੋਕਾਂ ਦੇ ਥਰੂ ਆਪਣੇ ਆਪ ਨੂੰ ਰੀਪ੍ਰਜੈਂਟ ਕਰਨਾ ਕਿੱਦਾਂ ਲੱਗਦਾ? ਦੇਖੋ ਮੈਂ ਦੱਸਣਾ ਚਾਹੁੰਦਾ, ਇਹ ਪਰਿਵਾਰ ਜਦੋਂ ਮੈਨੂੰ ਬੁਲਾਉਂਦੇ ਨੇ ਜਾਂ ਮੈਂ ਅਕਸਰ ਜਾਂਦਾ ਰਹਿੰਦਾ, ਸੋ ਮੈਨੂੰ ਮਾਣ ਹੈ ਇਸ ਗੱਲ ਦਾ ਵੀ ਅੱਜ ਉਸ ਮੁਕਾਮ 'ਤੇ ਮੈਂ ਖੜ੍ਹਾ ਵਾਂ ਜਿੱਥੇ ਮੈਨੂੰ ਮੇਰੇ ਪਰਿਵਾਰਾਂ ਦੀ ਲੋੜ ਆ, ਔਰ ਸਿੱਧੇ ਹੋ ਕੇ ਦੋਵੇਂ ਹੱਥੀ ਮੈਨੂੰ ਆਸ਼ੀਰਵਾਦ ਦੇ ਰਹੇ ਨੇ। ਔਰ 8 ਜਾਂ 10 ਦਿਨ ਰਹਿ ਗਏ ਆ ਜੀ, ਕੀ ਹੁਣ ਕੀ ਸਥਿਤੀ ਲੱਗ ਰਹੀ ਹੈ ਜੀ ਔਰ ਮੁਕਾਬਲਾ ਕਿਹਦੇ ਨੇ ਇਸ ਵੇਲੇ ਮੰਨਦੇ? ਮੁਕਾਬਲਾ ਜਿਹੜਾ ਜੀ ਇਹ ਤਾਂ ਲੋਕ ਤੈਅ ਕਰਦੇ ਹੁੰਦੇ ਨੇ, ਲੋਕਾਂ ਨੇ ਤੈਅ ਕਰ ਚੁੱਕੇ ਨੇ, ਬਸ ਹੁਣ ਰੇਸ ਹੀ ਵਧਾਉਂਦੇ ਆ ਵੀ ਜਿੰਨਾ ਕੁ ਵੱਧ ਤੋਂ ਵੱਧ ਕੰਮ ਕੱਢ ਦਈਏ ਉਹ ਫਾਇਦਾ। ਜਿੱਤ ਪੱਕੀ, ਐਲਾਨ ਹੋਣਾ ਬਾਕੀ ਹੈ ਜੀ? ਉਹ ਜਿੱਤ ਹੈ ਜੀ ਪੱਕੀ। ਉਹ ਬੈਠਾ ਸੱਚਾ ਪਾਤਸ਼ਾਹ ਪ੍ਰਭੂ ਬੈਠਾ। 10ਵੀਂ ਕਲਾਸ ਦੇ ਵਿੱਚ ਪੜ੍ਹਦਾ ਸੀ ਜਦੋਂ ਮੇਰੇ ਪਿਤਾ ਜੀ ਦਾ ਸਾਇਆ ਮੇਰੇ ਸਿਰ ਤੋਂ ਚੁੱਕਿਆ। ਫਿਰ ਮੈਂ ਸਿਆਣੇ ਕਹਿੰਦੇ ਨੇ ਇਹ ਜਿਹੜੀ ਅਕਲ ਹੈ ਨਾ ਇਹ ਬਦਾਮ ਖਾ ਕੇ ਨਹੀਂ ਆਉਂਦੀ, ਠੋਕਰਾਂ ਖਾ ਕੇ ਆਉਂਦੀ ਆ, ਧੱਕੇ ਖਾ ਕੇ ਆਉਂਦੀ। ਔਰ ਮੈਂ ਅੱਜ ਠੋਕਰਾਂ ਖਾ ਕੇ ਇੱਥੋਂ ਤੱਕ ਪਹੁੰਚਿਆ। ਮੈਨੂੰ ਪਤਾ ਗਰੀਬ ਦੇ ਚੁੱਲ੍ਹਿਆਂ ਦੀ ਅੱਗ ਕਿਸ ਤਰ੍ਹਾਂ ਬਲਦੀ, ਮੈਨੂੰ ਪਤਾ ਘਰਾਂ ਦੀਆਂ ਮਜਬੂਰੀਆਂ ਕੀ ਹੁੰਦੀਆਂ ਨੇ, ਮੈਨੂੰ ਪਤਾ ਅਸਲ ਲੋਕਾਂ ਨੂੰ ਸੁੱਖ ਸਹੂਲਤਾਂ ਦੇਣ ਵਾਲੀਆਂ ਫੈਸਿਲਿਟੀਆਂ। ਜੇ MLA ਦੀਆਂ ਇਲੈਕਸ਼ਨਾਂ ਦੇ ਵਿੱਚ ਵੋਟਾਂ ਮੰਗਣ ਤਦ ਆਵਾਂਗੇ ਜੇ ਤੁਹਾਡੇ ਖਾਤਿਆਂ 'ਚ ਉਹਦੇ ਤੋਂ ਪਹਿਲਾਂ ਪੈਸੇ ਆਏ ਹੋਣਗੇ। ਜੇ ਚੰਗੇ ਕੰਮ ਕਰੂੰਗਾ ਤੇ ਅਗਲੀ ਵਾਰੀ ਫਿਰ ਤੁਹਾਡੇ ਚਰਨਾਂ 'ਚ ਆਉਂਗਾ, ਨਹੀਂ ਤਾਂ ਮੈਂ ਆਉਂਗਾ। ਕਿਉਂਕਿ ਮੈਨੂੰ ਮਾਣ ਹੈ ਜਦੋਂ ਮੈਂ ਤੁਰਿਆ, ਜਦੋਂ ਦਾ ਮੇਰਾ ਸੰਘਰਸ਼ ਸ਼ੁਰੂ ਹੋਇਆ, ਜੇ ਮੈਨੂੰ ਸਭ ਤੋਂ ਵੱਧ ਮਾਣ ਸਤਿਕਾਰ ਪਿਆਰ ਮਿਲਿਆ ਤੇ ਮੈਨੂੰ ਸਾਰੇ ਆਪਣੇ ਭਾਈਚਾਰੇ ਤੋਂ ਮਿਲਿਆ।